ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਕਹਾਂਗਾ ਵੀ ਹਜ਼ੂਰੀ ਇਸ ਵਾਸਤੇ ਗੁਰੂ ਆਪ ਹਾਜ਼ਰ ਨਾਜ਼ਰ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਦਾ ਇੱਕ ਸ਼ਬਦ ਹੈ ਜਿਹੜਾ ਉੱਤਰ ਪ੍ਰਦੇਸ਼ ਦੀ ਧਰਤੀ ਤੋਂ ਬੋਲਿਆ ਗਿਆ ਸਕੰਦਰ ਲੋਧੀ ਦੇ ਟਾਈਮ ਤੇ ਗਗੰਦ ਮਾਮਾ ਬਾਜੀਓ ਪਰੇ ਨਿਸ਼ਾਨੇ ਘਾਓ ਖੇਤ ਜੋ ਮੰਡੋ ਸੂਰਮਾ ਅਬ ਜੁੰਜਨ ਕੋ ਚਾਓ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂਨਾ ਛਾੜੇ ਖੇਤ ਮੈਂ ਨਤਮस्तक ਹੋਣਾ ਉਹਨਾਂ ਅਥਰੂਆਂ ਦੇ ਜਿਸ ਸ਼ਖਸੀਅਤ ਦਾ ਨਾਮ ਰਕੇਸ਼ਟ ਕੈਤ ਸੀ ਉਹ ਇਤਿਹਾਸਕ ਕੋ ਛੋਕੜ ਜੇ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਖਾਲਸਾ ਪੰਥ ਦੀ ਜਦ ਸਿਰਜਣਾ ਹੋਈ ਪੰਜਾਬ ਦਾ ਤੇ ਉੱਤਰ ਪ੍ਰਦੇਸ਼ ਦਾ ਸੰਬੰਧ ਇੱਕ ਇਹੋ ਜਿਹਾ ਸੰਬੰਧ ਹੈ ਜਿਹਦੇ ਵਿੱਚ ਦੂਸਰਾ ਪਿਆਰਾ ਭਾਈ ਧਰਮਚੰਦ ਧਰਮ ਸਿੰਘ ਬਣ ਕੇ ਪੰਜਾਬ ਪਿਆਰਿਆਂ ਦੇ ਵਿੱਚ ਆਇਆ ਉਹ ਨਕੇਸ਼ ਟਕੈਤ ਦੇ ਅਥਰੂ ਨਹੀਂ ਸਨ ਉਹ ਹਰ ਆਮ ਕਿਸਾਨ ਦੇ ਅਥਰੂ ਸਨ ਉਹ ਸ਼ਹੀਦਾਂ ਦੇ ਪੈਰੇ ਲੱਗੇ ਹੋਇਆ ਇਸ ਧਰਤੀ ਦੇ ਉੱਤੇ ਜਿਹੜਾ ਵੀ ਉਹਨਾਂ ਸ਼ਹੀਦਾਂ ਨਾਲ ਦੇ ਇਹਨਾਂ ਵਾਰਸਾ ਦੇ ਨਾਲ ਨਿਆਂ ਕਰੂਗਾ ਪਾਵੇਂ ਉਹ ਕੋਈ ਵੀ ਵੱਡਾ ਲੀਡਰ ਜਾਂ ਕਾਰਜਕਰਤਾ ਕਿਉਂ ਨਾ ਹੋਵੇ ਉਹ ਨੂੰ ਉਹਨਾਂ ਦੇਣਾ ਦੇਣਾ ਪਊਗਾ ਜਿਹੜੇ ਲੋਕ ਇਹ ਸੋਚਦੇ ਆ ਕਿ ਅਸੀਂ ਸਰਦਾਰ ਭਗੇ ਸਿੰਘ ਜੱਸਾ ਸਿੰਘ ਆਲੋ ਵਾਲੀਆ ਦੇ ਜੱਸਾ ਸਿੰਘ ਰਾਮਗੜੀ ਨੂੰ ਭੁੱਲ ਜਾਈਏ ਇਹ ਹੋ ਨਹੀਂ ਸਕਦਾ ਅਸੀਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲੇ ਨੂੰ ਭੁੱਲ ਜਾਈਏ ਇਹ ਹੋ ਨਹੀਂ ਸਕਦਾ ਦਿੱਲੀ ਵੀ ਉਹੀ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਅਸੀਂ ਆ ਕਾਨੂੰਨ ਬਣਾਏ ਆ ਮੈਂ ਵਕੀਲ ਐ ਇਸ ਗੱਲ ਕਰਕੇ ਕਹਿ ਰਿਹਾ ਹਾਂ ਪਰ ਇਤਿਹਾਸਕ ਪੁਸ਼ੋਕੜ ਇਹ ਹੈ پارਲੀਮੈਂਟ ਦਾ ਲੱਖੀਸ਼ਾ ਬੰਜਾਰਾ ਜਿਹਦੀ ਇਹ ਜ਼ਮੀਨ ਹੈ ਰਾਏਸਿੰਨਾ ਰੋਡ ਇਹ ਜ਼ਮੀਨ ਦਾ ਮਾਲਕ ਜਿਹੜੀ ਹੈਗਾ ਉਹ ਲੱਖੀਸ਼ਾ ਬੰਜਾਰਾ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਜਿਹਦੇ ਪੁਰਖਿਆਂ ਨੇ ਜਿਨ੍ਹਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਵਰਗੇ ਹੋਣ ਜਿਨ੍ਹਾਂ ਦੇ ਵੀਰ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਜੋਰਾਵਾਰ ਸਿੰਘ ਤੇ ਫਤੇਹ ਸਿੰਘ ਵਰਗੇ ਹੋਣ ਜਿਨ੍ਹਾਂ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਹੋਣ ਉਹ ਕੌਮਾਂ ਕਦੀ ਹਾਰ ਨਹੀਂ ਸਕਦੀਆਂ ਤੁਹਾਡੇ ਵਿੱਚ ਤੋਂ ਫੇਲਡ ਪਾਉਣ ਦੀ ਕੋਸ਼ਿਸ਼ ਕੀਤੀ ਵਕਤ-ਵਕਤ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਪੰਜਾਬ ਤੇ ਹਰਿਆਣਾ ਆਟਾ ਹੈ ਮੇਰਾ ਸਵਾਲ ਹੈ ਇਸ ਨਿਜ਼ਾਮ ਨੂੰ ਵੀ ਅੱਜ ਵੀ ਪੰਜਾਬ ਦੀ ਧਰਤੀ ਦਾ ਪਰ ਕੈਪੀਟਲ ਇਨਕਮ ਉਹਨਾਂ ਨੇ ਹੀ ਹੈਗਾ ਜਿੰਨਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਸੀ ਅੱਜ ਤੁਸੀਂ 70 ਸਾਲ ਅਸੀਂ ਇਸ ਹਿੰਦੁਸਤਾਨ ਦਾ ਪੇਟ ਪਾਲਦੇ ਰਹੇ ਅਸੀਂ ਅੰਨ ਦਿੰਦੇ ਰਹੇ ਸਾਡੀਆਂ ਜ਼ਮੀਨਾਂ ਸੁੱਕ ਗਈਆਂ ਤੁਸੀਂ ਸਾਡੀ نسل ਦੇ ਨਾਲ ਖੇਡਾਂ ਖੇਡੀਆਂ 1984 ਦੇ ਵਿੱਚ ਅੱਜ ਤੁਸੀਂ ਸਾਡੀਆਂ ਫਸਲਾਂ ਨੂੰ ਵਡਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਕਿਸਾਨਾਂ ਦੇ ਪੁੱਤ ਵਕੀਲ ਡਾਕਟਰ ਤੇ ਇੰਜੀਨੀਅਰ ਵੀ ਹੈਗੇ ਆ ਸੋ ਮੁਲਕਾਂ ਦੇ ਵਿੱਚ ਸਾਡੇ ਝੰਡੇ ਬੁਲੰਦ ਹੁੰਦੇ ਆ ਜਿਹੜੇ ਲੋਕ ਇਹ ਸੋਚਦੇ ਆ ਮੋਦੀ ਸਾਹਿਬ ਤੁਸੀਂ ਪਾਰਲੀਮੈਂਟ ਵਿੱਚ ਨਸਤਮਸਤਕ ਹੁੰਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਸ਼ਹੀਦਾਂ ਦੀ ਧਰਤੀ ਲਖੀਸ਼ਾ ਬੰਜਾਰੇ ਦੀ ਧਰਤੀ ਹੈ ਤੁਹਾਡਾ ਪੇਚਾ ਇਸ ਵਾਰੀ ਉਸ ਉਸ ਕੋਮ ਨਾਲ ਪੈ ਗਿਆ ਜਿਹਦੀ ਕਿਸਾਨ ਕਹਿੰਦੇ ਆ ਜਿਹਨੂੰ ਸਿੱਖ ਭਾਈਚਾਰਾ ਇਸ ਚੈਲੰਜ ਨੂੰ ਵੀ ਸਵਾਰਕਾਰ ਕਰਦਾ ਹੈਗਾ ਤੁਸੀਂ ਸਾਡੀ نسل ਦੇ ਫਸਲ ਵਡਣ ਦੀ ਕੋਸ਼ਿਸ਼ ਕਰੋਗੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਿੰਦੁਸਤਾਨ ਦੀਆਂ ਵਰਗਾਂ ਦੇ ਉੱਪਰ ਪਾਕਿਸਤਾਨ ਤੇ ਚੈਨਾ ਬੈਠਾ ਹੈਗਾ ਉਹ ਜਿੱਥੇ ਸਾਡੇ ਜਰਨੈਲ ਯੋਧੇ ਉਸੇ ਸ਼ਹਾਦਤਾਂ ਵਾਰੇ ਆ ਰੋਜ ਉਹਨਾਂ ਪਿੰਡਾਂ ਦੇ ਵਿੱਚ ਲੋਥਾਂ ਆਉਂਦੀਆਂ ਅਸੀਂ ਤਿਰੰਗੇ ਝੰਡੇ ਦਾ ਅਪਮਾਨ ਕਿਵੇਂ ਕਰ ਸਕਦੇ ਆ ਤਿਰੰਗੇ ਝੰਡੇ ਨੂੰ ਬਣਾਉਣ ਵਾਲੇ ਅਸੀਂ ਸ਼ਹਾਦਤਾਂ ਦੇਣ ਵਾਲੇ ਲੋਕਾਂ ਸਾਡਾ ਨਿਸ਼ਾਨ ਸਾਹਿਬ ਜੇ ਨਾ ਹੁੰਦਾ ਤਾਂ ਹਿੰਦੁਸਤਾਨ ਦਾ ਤਿਰੰਗਾ ਝੰਡਾ ਨਹੀਂ ਹੋ ਸਕਦਾ ਸੀ 2% ਸਾਡੀ ਪਾਪੂਲੇਸ਼ਨ ਹੈ ਚਾਹੇ ਲੋਕਤੰਤਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਮжоਰਿਟੀ ਰੂਲਸ ਓਵਰ ਮਿਨੋਰਿਟੀ ਪਰ ਮੈਂ ਇੱਥੇ ਸੇਖ ਆਵਾਮ ਨੂੰ ਅਪੀਲ ਜ਼ਰੂਰ ਕਰਕੇ ਜਾਊਂਗਾ ਮੇਰੇ ਵਿੱਚ ਸਟੇ ਸੈਕਟਰੀ ਆ ਗਏ ਆ ਮੈਂ ਉਹਨਾਂ ਦਾ ਇਸ਼ਾਰਾ ਵੀ ਸਮਝ ਸਕਿਆ ਔਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਆਪਣੀ ਪਾਪੂਲੇਸ਼ਨ ਨੂੰ ਵਧਾਓ ਤਾ ਕਿ ਵੋਟ ਦੀ ਰਾਜਨੀਤੀ ਵਿੱਚ ਕਿਤੇ ਮਾਰਨਾ ਖਾਜੋ ਇਹਨਾਂ ਕੁਝ ਕਹਿੰਦਾ ਹੋਇਆ ਸ਼ਮਲਾ ਜਾਚ ਕੇ ਵਾਏ ਗੁਰਦੀਖਾ ਖਾਲਸਾ ਵਾਏ ਗੁਰਦੀਖੀ ਫਤਿਹ ਮੇਰੇ ਨਾਲ ਵਾਰ ਐਸੋਸੀਏਸ਼ਨ ਰਾਜਪੁਰਾ ਦੇ ਐਡਵੋਕੇਟ ਸਹਿਬਾਨ ਵੀ ਆਇਆ ਸਮੂਚੀ ਵਾਰ ਐਸੋਸੀਏਸ਼ਨ ਰਾਜਪੁਰਾ ਦੇ ਔਰ ਹੋਰ ਐਡਵੋਕੇਟਸ ਵੀ ਲੁਧਿਆਣਾ ਵਾਰ ਐਸੋਸੀਏਸ਼ਨ ਦੇ ਉਹਨਾਂ ਦਾ ਵੀ ਗਰੁੱਪ ਆਇਆ ਹੋਇਆ ਮੈਂ ਜਿੱਥੇ ਸੂਚੇ ਵਕੀਲ ਪਾਈਚਾਰੇ ਵੱਲੋਂ ਸਮੁੱਚੀ ਇੱਕ ਸਯੁਕਤ ਕਿਸਾਨ ਮੋਰਚੇ ਨੂੰ ਮਹਤਵ ਦੇਣਾ ਅਤੇ ਬਾਰ ਕਾਉਂਸਲ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਨੂੰ ਅਪੀਲ ਕਰਕੇ ਕਰੂੰਗਾ ਕੀ ਕਿਸਾਨਾਂ ਦੇ ਹਮਾਇਤ ਦੇ ਵਿੱਚ ਆਓ ਔਰ ਇੱਕ ਵੱਡੀ ਸਾਰੀ ਕਾਨਫਰੰਸ ਚੰਡੀਗੜ੍ਹ ਦੀ ਧਰਤੀ ਦੇ ਕੀਤੀ ਜਾਵੇ ਉਹਨਾਂ ਦੇ ਹੱਕ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਕਿ ਆਪਾਂ ਕੀ ਇਹਨਾਂ ਵਾਸਤੇ ਕਰ ਰਹੇ ਹਾਂ ਜੇ ਕਿਸਾਨ ਨਾ ਰਹਾ ਵਕੀਲ ਤਾਂ ਕੀ ਹਿੰਦੁਸਤਾਨ ਦਾ ਕੋਈ ਬਚਿੰਦਾ ਨਹੀਂ ਰਹੂਗਾ ਜੇ ਕਿਸਾਨ ਮਰ ਗਿਆ ਹਿੰਦੁਸਤਾਨ ਮਰ ਜਾਵੇਗਾ ਜੇ ਹਿੰਦੁਸਤਾਨ ਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਕਾਨੂੰਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਉਹਨਾਂ ਨੂੰ ਤੁਸੀਂ ਦਬ ਦਿਓ ਦਫਨ ਕਰ ਦਿਓ ਤਾਂ ਕਿ ਤੁਹਾਨੂੰ ਇਹ ਗੱਲ ਦਾ ਇਲਮ ਵੀ ਨਾ ਹੋਵੇ ਜੇ ਇਸ ਗੱਲ ਦਾ ਇਲਮ ਨਹੀਂ ਹੈਗਾ ਤੇ ਆਪਣੇ ਕਾਨੂੰਨ ਨਾਲ ਸੰਬੰਧਤ ਆਪਣੇ ਕਾਨੂੰਨ ਮੰਤਰੀ ਹੋਰ ਜਿਹੜੇ ਵਿਧੀਵੇਤਾ ਲੋਕ ਹੈਗੇ ਆ ਉਹ ਡਿਬੇਟ ਕਰ ਸਕਦੇ ਉਹਨਾਂ ਵਕੀਲ ਸਹਿਬਾਨਾਂ ਨਾਲ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਸਮੁੱਚੇ ਕਿਸਾਨ ਮੋਰਚੇ ਦੇ ਜਿਹੜੇ ਵੀ ਇੱਥੇ ਸ਼ਹੀਦ ਸਿੰਘ ਵਿਚਰ ਰਹੇ ਆ ਔਰ ਜਿਹੜੇ ਕਿਸਾਨ ਮੋਰਚੇ ਨਾਲ ਸੰਬੰਧਤ ਆਗੂ ਸਹਿਬਾਨ ਹੈਗੇ ਆ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੂੰਗਾ ਉਹ ਆਪਣੇ ਬੰਦਿਆਂ ਦੇ ਉੱਤੇ ਸ਼ੱਕ ਕਰਨਾ ਛੱਡ ਦਿਓ ਨੌਜਵਾਨਾਂ ਦੇ ਸ਼ੱਕ ਕਰਨਾ ਛੱਡ ਦਿਓ ਇਹ ਹੀ ਉਹਨਾਂ ਦੀ ਨੀਤੀ ਹੈ ਉਹ ਤੁਹਾਨੂੰ ਪਾੜ ਕੇ ਤੁਹਾਡੇ ਸਿਖਤ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਿਹੜੇ ਲੋਕ ਇਹ ਸੋਚਦੇ ਆ ਨਿਆੰਗ ਚੰਦੇ ਵਦੇ ਜਿਵੇਂ ਬੰਦਿਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਉਹ ਨਿਆੰਗਾਂ ਦਾ ਇਤਿਹਾਸ ਪੜ ਕੇ ਗੱਲ ਕਰਿਆ ਕਰਨ ਉਹਨਾਂ ਦਮਦਵੀ ਟਕਸਾਲ ਦੇ ਜੋਧਿਆਂ ਦੀ ਗਾਥਾ ਵੜ ਕੇ ਗੱਲ ਕਰਿਆ ਕਰਨ ਇੱਥੇ ਮੈਂ ਸਮੂਚੇ ਪਾਈਚਾਰਾ ਨੂੰ ਅਪੀਲ ਕਰਦਾ ਹੋਇਆ ਸਮੂਚੇ ਸਮਾਜ ਦੀ 36 ਦੇ 36 ਬਰਾਦਰੀਆਂ ਨੂੰ ਮੈਂ ਹਰਿਆਣਾ ਦੇ ਜਿੰਨੇ ਆਗੂ ਸਹਿਵਾਨ ਕਿਸਾਨ ਮੋਰਚੇ ਨਾਲ ਸੰਬੰਧਤ ਹੈਗੇ ਆ ਉੱਤਰ ਪ੍ਰਦੇਸ਼ ਨਾਲ ਸੰਬੰਧਤ ਹੈਗੇ ਆ ਮੱਧ ਪ੍ਰਦੇਸ਼ ਨਾਲ ਸੰਬੰਧਤ ਹੈਗੇ ਆ ਜਿੱਥੇ ਉਹ ਵਿਧਾਈ ਦੇ ਪਾਤਰ ਹੈ ਉੱਥੇ ਉਹ ਨੌਜਵਾਨ ਵੀ ਜਿਨ੍ਹਾਂ ਨੂੰ ਅਸੀਂ ਸ਼ੱਕ ਦੀ ਸੂਈ ਜਿਨ੍ਹਾਂ ਦੇ ਉੱਤੇ ਲਾਈ ਹੋਈ ਹੈ ਉਹ ਸ਼ੱਕ ਦੀ ਸੂਈ ਹਟਾ ਲਓ ਜੇ ਆਪਣੇ ਸੁਕਤ ਕਿਸਾਨ ਮੋਰਚੇ ਦੇ ਸੈਜਿਟੇਸ਼ਨ ਨੂੰ ਸਫਲ ਕਰਨਾ ਹੈਗਾ ਸ਼ਾਇਦ ਜੇ ਨਾ ਕਰ ਸਕੇ ਤੁਹਾਡਾ ਕਿਸਾਨ ਮੋਰਚਾ ਨਵਾਨਵਲ ਚਲਾ ਜਾਊਗਾ ਪਰ ਮੈਂ ਵਾਹਿਗੁਰੂ ਅੱਗੇ ਤੇ ਉਹਨਾਂ ਸ਼ਹੀਦ ਸਿੰਘਾਂ ਅੱਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਇਹਨਾਂ ਕਿਸਾਨਾਂ ਨੂੰ ਇਹਨਾਂ ਮਜ਼ਬੂਤ ਕਰ ਦੇ ਕਿ ਆਉਣ ਵਾਲੀ ਪਾਰਲੀਮੈਂਟ ਦੇ 2024 ਦੇ ਵਿੱਚ ਇਹ ਹਿੰਦੁਸਤਾਨ ਦੀ ਤਕਦੀਰ ਬਦਲਣ ਦੀ ਤਾਕਤ ਰੱਖਦੇ ਆ ਔਰ ਇਹ ਤਕਦੀਰ ਬਦਲ ਕੇ ਜਾਣਗੇ ਇਹਨਾਂ ਕੁਝ ਕਹਿੰਦਾ ਹੋਇਆ ਸ਼ਮਾਂ ਦਾ ਯੱਜ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ